माणयोग सीएम साहब पंजाब ते माणयोग डीजीपी साहब वालों जिहड़ियां नशा दे खिलाफ डेली दी डेली नवीं नवीं हदायतां दित्तियां जांदियां उसकी लड़ीवार दे विच माणयोग एसएसपी साहब मोगा वालों खास दिशा निर्देश दिए गए हैं कि जिहड़े बंदे एनडीपीएस एक्ट का काम करते हैं वो सलाखां पिछे होने चाहिए ने माड़े बंदे उसकी लड़ीवार दे विच सीए वन वालों ते पीएस समाल सर नूं नाल लैके कल एक पीएस समाल सर दे विच एफआईआर नंबर 96 दर्ज की है जी। उस एक किलो अफीम की रिकवरी हुई आ मुखबर खास की इतलाह के उत्ते उस एक दोषी असी तजिंदर सिंह सन ऑफ जोगिंदर सिंह समाल साहब का रहने वाला जिन्होंने अरैसट किया है जी। उसके बैकवर्ड लिंक के कुछ बंदे नॉमीनेट असी कर रहे हैं नवे जितों वो लैके आया सगा ज अगे फरदर उन्होंने किनू देनी सी वो ड्यूरिंग इनवैसटीगेशन साडा पार्ट आ जी। असी तुहानूं बारे भी जल्द जाणू करा देवांगे। ਪੰਜਾਬ ਦੇ ਨਸ਼ਾ ਤਸਕਰਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਾਡੇ? ਅਸੀਂ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸਰਕਾਰ ਦੀਆਂ ਅਤੇ ਡੀ ਜੀ ਪੀ ਸਾਹਿਬ ਵੱਲੋਂ ਜਿਹੜੀਆਂ ਹਦਾਇਤਾਂ ਨੇ ਖਾਸ ਕਰਕੇ ਜਿਹੜੇ ਮਾੜੇ ਕੰਮ ਕਰਦੇ ਆ ਉਹਨਾਂ ਨੂੰ ਤਾੜਨਾ ਆ ਵੀ ਇਹਨਾਂ ਨੂੰ ਬੰਦ ਕਰ ਦਿੱਤਾ ਜਾਵੇ। ਹੁਣ ਬਿਲਕੁਲ ਵੀ ਜ਼ੀਰੋ ਟੋਲਰੈਂਸ ਦੇ ਉੱਤੇ ਕੰਮ ਕੀਤਾ ਜਾ ਰਿਹਾ ਜੀ। ਅਤੇ ਅਕਿਊਜ਼ ਦੇ ਪਹਿਲਾਂ ਵੀ ਪਰਚੇ ਦਰਜ ਉਹ ਇਹਦਾ ਅਸੀਂ ਹੁਣ ਰਿਮਾਂਡ ਲੈ ਕੇ ਫਰਦਰ ਰਿਕਾਰਡ ਚੈੱਕ ਕਰ ਰਹੇ ਹਾਂ। ਮਾਣਯੋਗ ਸੀਐਮ ਸਾਹਿਬ ਪੰਜਾਬ ਅਤੇ ਮਾਣਯੋਗ ਡੀ ਜੀ ਪੀ ਸਾਹਿਬ ਵੱਲੋਂ ਜਿਹੜੀਆਂ ਨਸ਼ਿਆਂ ਦੇ ਖਿਲਾਫ਼ ਡੇਲੀ ਦੀ ਡੇਲੀ ਨਵੀਆਂ ਨਵੀਆਂ ਹਦਾਇਤਾਂ ਦਿੱਤੀਆਂ ਜਾਂਦੀਆਂ ਉਸ ਦੀ ਲੜੀਵਾਰ ਦੇ ਵਿੱਚ ਮਾਣਯੋਗ ਐਸਐਸਪੀ ਸਾਹਿਬ ਮੋਗਾ ਵੱਲੋਂ ਖਾਸ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਕਿ ਜਿਹੜੇ ਬੰਦੇ ਐਨਡੀਪੀਐਸ ਐਕਟ ਦਾ ਕੰਮ ਕਰਦੇ ਨੇ ਉਹ ਸਲਾਖਾਂ ਪਿੱਛੇ ਹੋਣੇ ਚਾਹੀਦੇ ਨੇ ਮਾੜੇ ਬੰਦੇ ਉਸ ਦੀ ਲੜੀਵਾਰ ਦੇ ਵਿੱਚ ਸੀਏ ਵਨ ਵੱਲੋਂ ਅਤੇ ਪੀਐਸ ਸਮਾਲ ਸਰ ਨੂੰ ਨਾਲ ਲੈ ਕੇ ਕੱਲ੍ਹ ਇੱਕ ਪੀਐਸ ਸਮਾਲ ਸਰ ਦੇ ਵਿੱਚ ਐਫਆਈਆਰ ਨੰਬਰ 96 ਦਰਜ ਕੀਤੀ ਹੈ ਜੀ। ਉਹਦੇ ਵਿੱਚ ਇੱਕ ਕਿਲੋ ਅਫੀਮ ਦੀ ਰਿਕਵਰੀ ਹੋਈ ਆ ਮੁਖਬਰ ਖਾਸ ਦੀ ਇਤਲਾਹ ਦੇ ਉੱਤੇ ਉਸ ਦੇ ਵਿੱਚ ਇੱਕ ਦੋਸ਼ੀ ਨੂੰ ਅਸੀਂ ਤਜਿੰਦਰ ਸਿੰਘ ਸਨ ਆਫ ਜੋਗਿੰਦਰ ਸਿੰਘ ਸਮਾਲ ਸਾਹਿਬ ਦਾ ਰਹਿਣ ਵਾਲਾ ਜਿਹਨੂੰ ਅਰੈਸਟ ਕੀਤਾ ਆ ਜੀ। ਉਸਦੇ ਬੈਕਵਰਡ ਲਿੰਕ ਦੇ ਵਿੱਚ ਕੁਛ ਬੰਦੇ ਨੋਮੀਨੇਟ ਅਸੀਂ ਕਰ ਰਹੇ ਹਾਂ ਨਵੇਂ ਜਿੱਥੋਂ ਉਹ ਲੈ ਕੇ ਆਇਆ ਸੀਗਾ ਜਾਂ ਅੱਗੇ ਫਰਦਰ ਉਹਨਾਂ ਨੇ ਕਿਹਨੂੰ ਦੇਣੀ ਸੀਗੀ ਉਹ ਡੂਰਿੰਗ ਇਨਵੈਸਟੀਗੇਸ਼ਨ ਸਾਡਾ ਪਾਰਟ ਆ ਜੀ। ਅਸੀਂ ਤੁਹਾਨੂੰ ਉਹਨਾਂ ਬਾਰੇ ਵੀ ਜਲਦ ਜਾਣੂ ਕਰਾ ਦੇਵਾਂਗੇ। ਪੰਜਾਬ ਦੇ ਨਸ਼ਾ ਤਸਕਰਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਾਡੇ? ਅਸੀਂ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸਰਕਾਰ ਦੀਆਂ ਅਤੇ ਡੀ ਜੀ ਪੀ ਸਾਹਿਬ ਵੱਲੋਂ ਜਿਹੜੀਆਂ ਹਦਾਇਤਾਂ ਨੇ ਖਾਸ ਕਰਕੇ ਜਿਹੜੇ ਮਾੜੇ ਕੰਮ ਕਰਦੇ ਆ ਉਹਨਾਂ ਨੂੰ ਤਾੜਨਾ ਆ ਵੀ ਇਹਨਾਂ ਨੂੰ ਬੰਦ ਕਰ ਦਿੱਤਾ ਜਾਵੇ। ਹੁਣ ਬਿਲਕੁਲ ਵੀ ਜ਼ੀਰੋ ਟੋਲਰੈਂਸ ਦੇ ਉੱਤੇ ਕੰਮ ਕੀਤਾ ਜਾ ਰਿਹਾ ਜੀ। ਅਤੇ ਅਕਿਊਜ਼ ਦੇ ਪਹਿਲਾਂ ਵੀ ਪਰਚੇ ਦਰਜ ਉਹ ਇਹਦਾ ਅਸੀਂ ਹੁਣ ਰਿਮਾਂਡ ਲੈ ਕੇ ਫਰਦਰ ਰਿਕਾਰਡ ਚੈੱਕ ਕਰ ਰਹੇ ਹਾਂ। ਮਾਣਯੋਗ ਸੀਐਮ ਸਾਹਿਬ ਪੰਜਾਬ ਅਤੇ ਮਾਣਯੋਗ ਡੀ ਜੀ ਪੀ ਸਾਹਿਬ ਵੱਲੋਂ ਜਿਹੜੀਆਂ ਨਸ਼ਿਆਂ ਦੇ ਖਿਲਾਫ਼ ਡੇਲੀ ਦੀ ਡੇਲੀ ਨਵੀਆਂ ਨਵੀਆਂ ਹਦਾਇਤਾਂ ਦਿੱਤੀਆਂ ਜਾਂਦੀਆਂ ਉਸ ਦੀ ਲੜੀਵਾਰ ਦੇ ਵਿੱਚ ਮਾਣਯੋਗ ਐਸ ਐਸ ਪੀ ਸਾਹਿਬ ਮੋਗਾ ਵੱਲੋਂ ਖਾਸ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਕਿ ਜਿਹੜੇ ਬੰਦੇ ਐਨ ਡੀ ਪੀ ਐਸ ਐਕਟ ਦਾ ਕੰਮ ਕਰਦੇ ਨੇ ਉਹ ਸਲਾਖਾਂ ਪਿੱਛੇ ਹੋਣੇ ਚਾਹੀਦੇ ਨੇ ਮਾੜੇ ਬੰਦੇ ਉਸ ਦੀ ਲੜੀਵਾਰ ਦੇ ਵਿੱਚ ਸੀ ਏ ਵਨ ਵੱਲੋਂ ਅਤੇ ਪੀ ਐਸ ਸਮਾਲ ਸਰ ਨੂੰ ਨਾਲ ਲੈ ਕੇ ਕੱਲ੍ਹ ਇੱਕ ਪੀ ਐਸ ਸਮਾਲ ਸਰ ਦੇ ਵਿੱਚ ਐਫਆਈਆਰ ਨੰਬਰ 96 ਦਰਜ ਕੀਤੀ ਹੈ ਜੀ। ਉਹਦੇ ਵਿੱਚ ਇੱਕ ਕਿਲੋ ਅਫੀਮ ਦੀ ਰਿਕਵਰੀ ਹੋਈ ਆ ਮੁਖਬਰ ਖਾਸ ਦੀ ਇਤਲਾਹ ਦੇ ਉੱਤੇ ਉਸ ਦੇ ਵਿੱਚ ਇੱਕ ਦੋਸ਼ੀ ਨੂੰ ਅਸੀਂ ਤਜਿੰਦਰ ਸਿੰਘ ਸਨ ਆਫ ਜੋਗਿੰਦਰ ਸਿੰਘ ਸਮਾਲ ਸਾਹਿਬ ਦਾ ਰਹਿਣ ਵਾਲਾ ਜਿਹਨੂੰ ਅਰੈਸਟ ਕੀਤਾ ਆ ਜੀ। ਉਸਦੇ ਬੈਕਵਰਡ ਲਿੰਕ ਦੇ ਵਿੱਚ ਕੁਛ ਬੰਦੇ ਨੋਮੀਨੇਟ ਅਸੀਂ ਕਰ ਰਹੇ ਹਾਂ ਨਵੇਂ ਜਿੱਥੋਂ ਉਹ ਲੈ ਕੇ ਆਇਆ ਸੀਗਾ ਜਾਂ ਅੱਗੇ ਫਰਦਰ ਉਹਨਾਂ ਨੇ ਕਿਹਨੂੰ ਦੇਣੀ ਸੀਗੀ ਉਹ ਡੂਰਿੰਗ ਇਨਵੈਸਟੀਗੇਸ਼ਨ ਸਾਡਾ ਪਾਰਟ ਆ ਜੀ। ਅਸੀਂ ਤੁਹਾਨੂੰ ਉਹਨਾਂ ਬਾਰੇ ਵੀ ਜਲਦ ਜਾਣੂ ਕਰਾ ਦੇਵਾਂਗੇ। ਪੰਜਾਬ ਦੇ ਨਸ਼ਾ ਤਸਕਰਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਸਾਡੇ? ਅਸੀਂ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸਰਕਾਰ ਦੀਆਂ ਅਤੇ ਡੀ ਜੀ ਪੀ ਸਾਹਿਬ ਵੱਲੋਂ ਜਿਹੜੀਆਂ ਹਦਾਇਤਾਂ ਨੇ ਖਾਸ ਕਰਕੇ ਜਿਹੜੇ ਮਾੜੇ ਕੰਮ ਕਰਦੇ ਆ ਉਹਨਾਂ ਨੂੰ ਤਾੜਨਾ ਆ ਵੀ ਇਹਨਾਂ ਨੂੰ ਬੰਦ ਕਰ ਦਿੱਤਾ ਜਾਵੇ। ਹੁਣ ਬਿਲਕੁਲ ਵੀ ਜ਼ੀਰੋ ਟੋਲਰੈਂਸ ਦੇ ਉੱਤੇ ਕੰਮ ਕੀਤਾ ਜਾ ਰਿਹਾ ਜੀ। ਅਤੇ ਅਕਿਊਜ਼ ਦੇ ਪਹਿਲਾਂ ਵੀ ਪਰਚੇ ਦਰਜ ਉਹ ਇਹਦਾ ਅਸੀਂ ਹੁਣ ਰਿਮਾਂਡ ਲੈ ਕੇ ਫਰਦਰ ਰਿਕਾਰਡ ਚੈੱਕ ਕਰ ਰਹੇ ਹਾਂ।